ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਡਾਕਟਰ ਮਨਮੋਹਨ ਸਿੰਘ ਤੇ ਸ਼ਵੇਤ ਮਲਿਕ ਨੇ ਕੀਤੇ ਸਿੱਧੇ ਵਾਰ, ਕਿਹਾ 1984 ਮਾਮਲੇ ਦੇ ਵਿੱਚ ਗਾਂਧੀ ਪਰਿਵਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਮਨਮੋਹਨ ਸਿੰਘ। ਜਿਹੜਾ ਵੀ ਉਹ ਹੱਤਿਆ ਕਾਂਡ ਵਿੱਚ ਇਨਵੋਲਵ ਹੈ ਉਹਨੂੰ ਸਜ਼ਾ ਮਿਲੇਗੀ। ਔਰ ਸਰਦਾਰ ਮਨਮੋਹਨ ਸਿੰਘ ਜੀ ਅੱਜ ਰਾਜੀਵ ਗਾਂਧੀ ਜੀ ਤੋਂ ਅਟੈਂਸ਼ਨ ਡਾਈਵਰਟ ਕਰਨ ਲਈ ਨਰਸਿਮਹਾ ਰਾਓ ਜੀ ਦਾ ਇੰਨੇ ਸਾਲਾਂ ਬਾਅਦ ਇੱਕ ਨਵਾਂ ਤੱਤ ਕੱਢਦਾ। ਮੈਂ ਸਰਦਾਰ ਮਨਮੋਹਨ ਸਿੰਘ ਜੀ ਨੂੰ ਪੁੱਛਣਾ ਚਾਹਾਂਗਾ ਕਿ ਰਾਜੀਵ ਗਾਂਧੀ ਜੀ ਦੀ ਇੱਕੋ ਹੀ ਸਟੇਟਮੈਂਟ ਕਾਫੀ ਹੈ ਕਿ ਐਡਾ ਮੈਚਿਓਰਡ ਵਿਅਕਤੀ ਜਿਹੜੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਜੀ ਰਹੇ, ਉਹਨਾਂ ਨੇ ਇੰਨੇ ਵੱਡੇ ਅੱਤਿਆਚਾਰ 'ਤੇ ਇਹ ਕੈਜੂਅਲ ਲਫ਼ਜ਼ ਕਹੇ ਕਿ ਜਦੋਂ ਕੋਈ ਵੱਡਾ ਪੇੜ ਡਿੱਗਦਾ ਹੈਗਾ ਤਾਂ ਧਰਤੀ ਕੰਬਦੀ ਹੈ। ਮੈਂ ਸਮਝਦਾ ਕਿ ਕਿੱਡਾ ਵੱਡਾ ਉਹਨਾਂ ਨੇ ਜ਼ਖਮਾਂ 'ਤੇ ਮਿਰਚ ਲਾਈ, ਨਮਕ ਲਾਇਆ ਲੋਕਾਂ 'ਤੇ। ਔਰ ਅੱਜ ਮਨਮੋਹਨ ਸਿੰਘ ਜੀ ਨੇ ਦੁਬਾਰਾ ਉਹ ਜਿਹੜੇ ਜ਼ਖਮ ਸੀਗੇ ਸਿੱਖ ਸਮਾਜ ਦੇ ਉਹ ਹਰੇ ਕਰ ਦਿੱਤੇ ਨੇ, ਉਹਨਾਂ 'ਤੇ ਨਮਕ ਛਿੜਕਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਅੱਜ ਲੁਧਿਆਣਾ ਪਹੁੰਚੇ ਪੰਜਾਬ ਭਾਜਪਾ ਪ੍ਰਧਾਨ ਸ਼ੁਏਬ ਮਲਿਕ ਨੇ ਕਾਂਗਰਸ ਦੀ ਸੂਬਾ ਸਰਕਾਰ ਅਤੇ ਕੇਂਦਰ 'ਚ ਰਹੀ UPA ਸਰਕਾਰ ਨੂੰ ਲੈ ਕੇ ਜੰਮ ਕੇ ਆਪਣੀ ਪੜਾਸ ਕੱਢੀ। ਡਾਕਟਰ ਮਨਮੋਹਨ ਸਿੰਘ ਵੱਲੋਂ ਸਿੱਖ ਕਤਲੇਆਮ 'ਤੇ ਦਿੱਤੇ ਗਏ ਬਿਆਨ 'ਤੇ, ਕੈਪਟਨ ਵੱਲੋਂ GST ਨੂੰ ਲੈ ਕੇ ਮੋਦੀ ਸਰਕਾਰ 'ਤੇ ਕੀਤੇ ਜਾ ਰਹੇ ਹਮਲਿਆਂ ਨੂੰ ਲੈ ਕੇ ਸ਼ਵੇਤ ਮਲਿਕ ਨੇ ਕਰੜੇ ਜਵਾਬ ਦਿੱਤੇ। ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਮੁਖਾਤਬ ਹੁੰਦਿਆਂ ਸ਼ਵੇਤ ਮਲਿਕ ਨੇ ਕਿਹਾ ਕਿ ਮਨਮੋਹਨ ਸਿੰਘ ਹੁਣ ਗਾਂਧੀ ਪਰਿਵਾਰ ਨੂੰ ਬਚਾਉਣ ਲਈ ਸਿਰਫ ਪੋਚੇ ਫੇਰ ਰਹੇ ਨੇ। ਉਹਨਾਂ ਕਿਹਾ ਕਿ GST ਨੂੰ ਲੈ ਕੇ ਜੋ ਸੂਬਾ ਸਰਕਾਰ ਰੌਲਾ ਪਾ ਰਹੀ ਹੈ ਉਸ ਦਾ ਰਿਫੰਡ ਸਮੇਂ ਸਿਰ ਮੋਦੀ ਸਰਕਾਰ ਦੇ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਦਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਇੱਕ ਫੇਲੀਅਰ ਵਿੱਤ ਮੰਤਰੀ ਹੈ। ਸ਼ਵੇਤ ਮਲਿਕ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਸਨਅਤਕਾਰਾਂ ਦੇ ਬਕਾਏ ਪਏ ਮੁਆਵਜ਼ੇ ਨਹੀਂ ਮੋੜ ਰਹੇ, ਜਿਸ ਨੂੰ ਲੈ ਕੇ ਸੂਬਾ ਸਰਕਾਰ ਹੀ ਜ਼ਿੰਮੇਵਾਰ ਹੈ। ਪਹਿਲੀ ਤੇ ਮੈਂ ਜੋ ਸਰਦਾਰ ਮਨਮੋਹਨ ਸਿੰਘ ਇੱਕ ਭੱਦਰ ਪੁਰਸ਼ ਨੇ, ਜੋ ਇੱਕ ਜਘਨਯ ਅਪਰਾਧ ਹੋਇਆ ਔਰ ਜਿਹਦੇ 'ਚ ਕਾਂਗਰਸੀ ਨੇਤਾ ਇਨਵੋਲਵ ਸੀਗੇ 1984 ਦੇ ਸਿੱਖ ਦੰਗੇ ਜਿਨ੍ਹਾਂ 'ਚ ਕਿ ਨਿਰਦੋਸ਼ ਸਿੱਖਾਂ ਦੇ ਗਲਿਆਂ 'ਚ ਟਾਇਰ ਪਾ ਕੇ ਜਲਾਇਆ ਗਿਆ, ਹੱਤਿਆਵਾਂ ਕੀਤੀਆਂ ਗਈਆਂ, ਪਲਾਇਨ ਹੋਇਆ ਸਿੱਖ ਪਰਿਵਾਰਾਂ ਦਾ, ਹਜ਼ਾਰੋਂ ਸਿੱਖ ਜਿਹੜੇ ਸੀਗੇ ਉਹ ਮਾਰੇ ਗਏ, ਬਰਬਰਤਾਪੂਰਨ ਹੱਤਿਆਕਾਂਡ ਹੋਇਆ। ਸੋ ਮੈਂ ਮੋਦੀ ਜੀ ਨੂੰ ਵਧਾਈ ਦਿਆਂਗਾ ਕਿ ਕਾਂਗਰਸ ਨੇ ਤਾਂ ਜਾਂਚ ਠੰਡੇ ਬਸਤੇ 'ਚ ਪਾ ਦਿੱਤੀ ਸੀ, ਜਾਂਚ ਬੰਦ ਕਰ ਦਿੱਤੀ ਸੀ। ਮੋਦੀ ਜੀ ਨੇ SIT ਬਣਾ ਕੇ ਉਹ ਜਾਂਚ ਸ਼ੁਰੂ ਕਰਵਾਈ ਔਰ ਉਸ ਤੋਂ ਬਾਅਦ ਅਪਰਾਧੀਆਂ ਨੂੰ ਦੰਡ ਮਿਲਿਆ, ਜਿਹਦੇ 'ਚ ਕਾਂਗਰਸੀ ਨੇਤਾ ਨੇ ਸੱਜਣ ਕੁਮਾਰ ਅਤੇ ਹੋਰ ਜਿਹੜੇ ਕਿ ਸਲਾਖਾਂ ਦੇ ਪਿੱਛੇ ਚਲੇ ਗਏ ਨੇ। ਔਰ ਮੋਦੀ ਜੀ ਨੇ ਕਿਹਾ ਕਿ ਉਹ ਇੱਕ ਵੀ ਅਪਰਾਧੀ ਨੂੰ ਬਖਸ਼ਣਗੇ ਨਹੀਂ, ਜਿਹੜਾ ਵੀ ਉਹ ਹੱਤਿਆਕਾਂਡ ਦੇ 'ਚ ਇਨਵੋਲਵ ਹੈ ਉਹਨੂੰ ਸਜ਼ਾ ਮਿਲੇਗੀ। ਔਰ ਸਰਦਾਰ ਮਨਮੋਹਨ ਸਿੰਘ ਜੀ ਅੱਜ ਰਾਜੀਵ ਗਾਂਧੀ ਜੀ ਤੋਂ ਅਟੈਂਸ਼ਨ ਡਾਈਵਰਟ ਕਰਨ ਲਈ ਨਰਸਿਮਹਾ ਰਾਓ ਜੀ ਦਾ ਇੰਨੇ ਸਾਲਾਂ ਬਾਅਦ ਇੱਕ ਨਵਾਂ ਤੱਤ ਕੱਢਦਾ। ਮੈਂ ਸਰਦਾਰ ਮਨਮੋਹਨ ਸਿੰਘ ਜੀ ਨੂੰ ਪੁੱਛਣਾ ਚਾਹਾਂਗਾ ਕਿ ਰਾਜੀਵ ਗਾਂਧੀ ਜੀ ਦੀ ਇੱਕੋ ਹੀ ਸਟੇਟਮੈਂਟ ਕਾਫੀ ਹੈ ਕਿ ਐਡਾ ਮੈਚਿਓਰਡ ਵਿਅਕਤੀ ਜਿਹੜੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਜੀ ਰਹੇ, ਉਹਨਾਂ ਨੇ ਇੰਨੇ ਵੱਡੇ ਅੱਤਿਆਚਾਰ 'ਤੇ ਇਹ ਕੈਜੂਅਲ ਲਫ਼ਜ਼ ਕਹੇ ਕਿ ਜਦੋਂ ਕੋਈ ਵੱਡਾ ਪੇੜ ਡਿੱਗਦਾ ਹੈਗਾ ਤਾਂ ਧਰਤੀ ਕੰਬਦੀ ਹੈ। ਮੈਂ ਸਮਝਦਾ ਕਿ ਕਿੱਡਾ ਵੱਡਾ ਉਹਨਾਂ ਨੇ ਜ਼ਖਮਾਂ 'ਤੇ ਮਿਰਚ ਲਾਈ, ਨਮਕ ਲਾਇਆ ਲੋਕਾਂ 'ਤੇ। ਔਰ ਅੱਜ ਮਨਮੋਹਨ ਸਿੰਘ ਜੀ ਨੇ ਦੁਬਾਰਾ ਉਹ ਜਿਹੜੇ ਜ਼ਖਮ ਸੀਗੇ ਸਿੱਖ ਸਮਾਜ ਦੇ ਉਹ ਹਰੇ ਕਰ ਦਿੱਤੇ ਨੇ, ਉਹਨਾਂ 'ਤੇ ਨਮਕ ਛਿੜਕਿਆ ਹੈਗਾ। ਔਰ ਦੂਸਰਾ,
ਮਨਪ੍ਰੀਤ ਬਾਦਲ ਜਿਹੜੇ ਕਿ ਫੇਲੀਅਰ ਫਾਈਨੈਂਸ ਮਿਨਿਸਟਰ ਨੇ, ਜਿਨ੍ਹਾਂ ਨੂੰ ਕਿ ਹੁਣ ਪੰਜਾਬ ਵਿੱਚ ਆਪਣੇ ਫੇਲੀਅਰ ਕਰਕੇ ਆਰਥਿਕ ਐਮਰਜੈਂਸੀ ਲਾਉਣੀ ਚਾਹੀਦੀ ਹੈ, ਉਹ ਕੋਈ ਨਾ ਕੋਈ ਬਹਾਨਾ ਢੂੰਡ ਕੇ ਬਚਣ ਦਾ ਪ੍ਰਯਾਸ ਕਰਦੇ ਨੇ। ਅੱਜ ਜੀ ਐੱਸ ਟੀ ਦਾ ਬਹਾਨਾ ਢੂੰਡ ਰਹੇ ਨੇ। ਸਾਰੇ ਦੇਸ਼ ਨੂੰ ਜੀ ਐੱਸ ਟੀ ਮਿਲ ਰਹੀ ਹੈ, ਪ੍ਰੋਸੀਜਰਲ ਹਰ ਚੀਜ਼ ਦਾ ਪ੍ਰੋਸੀਜਰ ਹੈ ਉਹਨੂੰ ਅਪਲਾਈ ਕਰਨ ਦਾ। ਪੰਜਾਬ ਵੱਲੋਂ ਕੋਈ ਪ੍ਰੋਸੀਜਰਲ ਡਿਸਕ੍ਰੀਪੈਂਸੀਜ ਰਹੀਆਂ ਹੋਣਗੀਆਂ। ਅੱਜ ਡਰਾਈਵਿੰਗ ਲਾਇਸੈਂਸ ਵੀ ਤੁਸੀਂ ਅਪਲਾਈ ਕਰਨਾ ਹੈ ਤਾਂ ਡਰਾਈਵਿੰਗ ਲਾਇਸੈਂਸ ਲਈ ਵੀ ਕਾਗਜ਼ ਭਰਨਾ ਪੈਂਦਾ ਹੈ। ਮੈਂ ਮਨਪ੍ਰੀਤ ਬਾਦਲ ਨੂੰ ਇਹ ਪੁੱਛਣਾ ਚਾਹੁੰਦਾ ਹਾਂ ਕਿ ਕੀ ਪੰਜਾਬ ਜੀ ਐੱਸ ਟੀ 'ਤੇ ਹੀ ਚੱਲ ਰਿਹਾ? ਕੀ ਪੰਜਾਬ ਦਾ ਓਨਲੀ ਸੋਰਸ ਆਫ ਇਨਕਮ ਜੀ ਐੱਸ ਟੀ? ਪੰਜਾਬ 'ਤੇ ਇਸ ਵੇਲੇ ਐਮਰਜੈਂਸੀ ਦਾ ਸ਼ਿਕਾਰ ਹੈ। ਪੰਜਾਬ 'ਤੇ ਤਾਂ ਕਾਲੇ ਬੱਦਲ ਨੇ। ਪੰਜਾਬ ਦੇ ਵਿਕਾਸ 'ਤੇ ਤਾਂ ਤੁਸੀਂ ਤਾਲਾ ਲਾ ਦਿੱਤਾ। ਅੱਜ ਪੰਜਾਬ ਦਾ ਜਦ ਦੀ ਤੁਹਾਡੀ ਸਰਕਾਰ ਬਣੀ ਹੈ, ਝੂਠ ਦੀ ਸਰਕਾਰ, ਫਰੇਬ ਦੀ ਸਰਕਾਰ, ਗੁੰਮਰਾਹ ਕਰਨ ਦੀ ਕੈਪਟਨ ਅਮਰਿੰਦਰ ਸਰਕਾਰ, ਜਿਹਦੇ ਤੁਸੀਂ ਫਾਈਨੈਂਸ ਮਿਨਿਸਟਰ ਹੋ, ਤੁਸੀਂ ਝੂਠੇ ਵਾਅਦੇ ਹੀ ਕਰਦੇ ਰਹੇ ਹੋ। ਅੱਜ ਬੁਢਾਪਾ ਪੈਨਸ਼ਨ ਬੰਦ ਹੈ, ਅੱਜ ਵਿਧਵਾ ਪੈਨਸ਼ਨ ਬੰਦ ਹੈ, ਅੱਜ ਵਿਕਾਸ ਬੰਦ ਹੈ, ਅੱਜ ਸ਼ਗਨ ਸਕੀਮ ਬੰਦ ਹੈ, ਅੱਜ ਜੋ ਆਟਾ ਦਾਲ ਸਕੀਮ ਦਿੰਦੇ ਸੀ ਉਹ ਬੰਦ ਹੈ, ਅੱਜ ਬੱਚਿਆਂ ਨੂੰ ਜਿਹੜੀਆਂ ਸਾਈਕਲਾਂ ਮਿਲਦੀਆਂ ਸੀ ਉਹ ਬੰਦ ਹੈ, ਅੱਜ ਜੋ ਟ੍ਰੇਨ ਚੱਲਦੀ ਸੀ, ਧਾਰਮਿਕ ਟ੍ਰੇਨ, ਮੁਫਤ ਟ੍ਰੇਨ ਚੱਲਦੀ ਸੀ ਧਾਰਮਿਕ ਲੋਕਾਂ ਨੂੰ ਯਾਤਰਾ ਕਰਾਉਣ ਲਈ, ਉਹ ਬੰਦ ਹੈ। ਸੋ ਤੁਸੀਂ ਤਾਂ ਪੰਜਾਬ ਦੇ ਭਵਿੱਖ ਨੂੰ ਹੀ ਬੰਦ ਕਰ ਦਿੱਤਾ। ਔਰ ਟੈਕਸ ਲਾ ਦਿੱਤੇ, ਇੱਕ ਤੁਸੀਂ ਡਿਵੈਲਪਮੈਂਟ ਟੈਕਸ ਲਾਇਆ ਸੀ ਜਿਹੜਾ ਕਿ ਹਰ ਵਿਅਕਤੀ ਪੇ ਕਰ ਰਿਹਾ, ਔਰ ਇੱਕ ਇੱਕ ਪਰਿਵਾਰ 'ਚੋਂ ਪੰਜ ਪੰਜ ਲੋਕ ਪੇ ਕਰ ਰਹੇ ਨੇ, ਅਤੇ ਜਿੰਨੇ ਇਨਕਮ ਟੈਕਸ ਪੇ ਹੀ ਹੋਣਗੇ 2500 ਰੁਪਏ ਸਾਲ ਦਾ, ਉਹਨਾਂ ਨੂੰ ਡਿਵੈਲਪਮੈਂਟ ਟੈਕਸ ਦੇਣਾ ਪਏਗਾ। ਇਹ ਡਿਵੈਲਪਮੈਂਟ ਟੈਕਸ ਕੌਣ ਡਕਾਰ ਗਿਆ? ਕਿਹਦੀ ਜੇਬ ਵੀ ਚਲਾ ਗਿਆ? 2 ਸਾਲ ਤੋਂ ਤੁਸੀਂ ਤਾਂ ਇੱਕ ਪੈਚ ਵੀ ਨਹੀਂ ਲਾ ਸਕੇ, ਔਰ ਡਿਵੈਲਪਮੈਂਟ ਟੈਕਸ ਰੈਗੂਲਰ ਲੈ ਰਹੇ ਹੋ। ਸੋ ਤੁਸੀਂ ਜਨਤਾ ਦੀ ਜੇਬ 'ਤੇ ਡਾਕਾ ਮਾਰਿਆ। ਹਾਂ, ਫਾਇਦਾ ਕਿਹਨੂੰ ਹੋਇਆ? ਕਿ ਤੁਹਾਨੂੰ ਭ੍ਰਿਸ਼ਟਾਚਾਰ ਦੇ ਵਿੱਚ ਮੋਟੀਆਂ ਰਕਮਾਂ ਦੇਣ ਵਾਲੇ ਅਪਰਾਧੀਆਂ ਨੂੰ ਫਾਇਦਾ ਹੋਇਆ, ਕਿ ਅੱਜ ਨਸ਼ਾ ਮਾਫੀਆ ਹੋਏ, ਚਾਹੇ ਉਹ ਸ਼ਰਾਬ ਮਾਫੀਆ ਹੋਏ, ਚਾਹੇ ਉਹ ਗੁੰਡਾਗਰਦੀ ਹੋਏ, ਚਾਹੇ ਅਪਰਾਧੀ ਹੋਣ, ਤੁਹਾਡੇ ਮਿਨਿਸਟਰ ਦੇ ਜਿਹੜੇ ਨੇ ਉਹ ਪੁਲਿਸ ਫੋਰਸਿਸ ਨੂੰ ਡਿਮੋਰਲਾਈਜ਼ ਕਰਦੇ ਨੇ। ਇੱਥੇ ਮਿਸਟਰ ਆਸ਼ੂ ਨੇ ਜੋ ਲੈਂਗੁਏਜ ਯੂਜ਼ ਕੀਤੀ ਹੈ ਪੁਲਿਸ ਫੋਰਸਿਸ ਦੇ, ਔਰ ਕਈ ਤੁਹਾਡੇ MLA ਜੋ ਕਿ ਇਨਵੋਲਵ ਹੋਏ ਨੇ, ਜਿਹਦੇ 'ਚੋਂ ਫਾਜ਼ਿਲਕਾ ਦਾ MLA ਵੀ ਸੀ ਜਿਹਨੇ ਕਿ ਇੱਕ ਲੇਡੀ ਪੁਲਿਸ ਔਫਿਸਰ ਨੂੰ ਬਦਤਮੀਜ਼ੀ ਕੀਤੀ ਹੈ। ਮੈਂ ਸਮਝਦਾ ਹਾਂ ਕਿ ਫੋਰਸਿਸ ਕੰਮ ਕਿਸ ਤਰ੍ਹਾਂ ਕਰਨਗੀਆਂ। ਸੋ ਅੱਜ ਅੰਧੇਰ ਨਗਰੀ ਚੌਪਟ ਰਾਜਾ ਵਾਲਾ ਹਾਲਤ ਹੋ ਗਈ ਹੈ। ਤੁਸੀਂ ਪੰਜਾਬ ਦੇ ਭਵਿੱਖ 'ਤੇ ਕਾਂਗਰਸ ਦੀ ਅਮਰਿੰਦਰ ਸਰਕਾਰ ਇੱਕ ਤਾਲਾ ਬਣ ਕੇ ਲੱਗ ਗਈ ਹੈ, ਜਿਸ ਤਾਲੇ ਨੂੰ 2022 'ਚ ਲੋਕ ਵੋਟ ਦੀ ਚਾਬੀ ਦੇ ਨਾਲ ਖੋਲ੍ਹ ਕੇ ਐਸੀ ਨਿਕੰਮੀ ਸਰਕਾਰ ਤੋਂ ਨਿਜਾਤ ਪਾਏ। ਨਹੀਂ, ਮੈਂ ਉਹੀ ਗੱਲ ਕਹਿ ਰਿਹਾ ਨਾ ਜੀ, ਕਿ ਇਕੱਲੀ ਜੀ ਐੱਸ ਟੀ, ਸਾਰੇ ਦੇਸ਼ ਨੂੰ ਜੀ ਐੱਸ ਟੀ ਮਿਲ ਰਹੀ ਹੈ। ਮੈਂ ਮੁੱਖ ਮੰਤਰੀ ਨੂੰ ਇਹ ਪ੍ਰਸ਼ਨ ਕਰਨਾ ਵਾ ਕਿ ਜੀ ਐੱਸ ਟੀ ਦੇ ਕੁਆਟਰ ਬਾਰੇ ਮੁੱਖ ਮੰਤਰੀ ਕਹਿ ਰਹੇ ਨੇ, 3 ਸਾਲ ਤੋਂ ਮੁੱਖ ਮੰਤਰੀ ਨੇ ਵੈਟ ਰਿਫੰਡ ਨਹੀਂ ਦਿੱਤੇ। ਪੰਜਾਬ ਦੇ ਜਿਹੜੇ ਵੈਟ ਰਿਫੰਡ ਸੀਗੇ ਇੰਡਸਟਰੀਸਟਾਂ ਦੇ, ਉਹ ਟੋਟਲ ਬੰਦ ਪਏ ਨੇ। ਉਹਦੇ ਬਾਰੇ ਪਹਿਲੇ ਮੁੱਖ ਮੰਤਰੀ ਜਵਾਬ ਦੇਣ, ਛੱਜ ਤੇ ਬੋਲੇ, ਛਾਨੀ ਬੋਲਦੀ ਹੈ ਜਿਹਦੇ 'ਚ 1000 ਛੇਦ ਹੈ। ਬੇਸ਼ੱਕ ਡਾਕਟਰ ਮਨਮੋਹਨ ਸਿੰਘ ਉੱਤੇ ਹਰ ਪਾਸਿਓਂ ਹਮਲੇ ਹੋ ਰਹੇ ਨੇ। 1984 ਉੱਤੇ ਜੋ ਵੀ ਉਹਨਾਂ ਨੇ ਬਿਆਨ ਦਿੱਤਾ, ਉਸ ਪਾਸਿਓਂ ਕਾਂਗਰਸ ਸਰਕਾਰ ਹਰ ਪਾਸਿਓਂ ਘਿਰਦੀ ਹੋਈ ਨਜ਼ਰ ਆ ਰਹੀ ਹੈ, ਕਿਉਂਕਿ ਹਰ ਕਿਸੇ ਦੇ ਜ਼ਿਹਨ ਦੇ ਵਿੱਚ ਇੱਕ ਸਵਾਲ ਜ਼ਰੂਰ ਆ ਰਿਹਾ ਹੈ, ਜਦੋਂ ਭਾਰਤ ਦੇ ਪ੍ਰਧਾਨ ਮੰਤਰੀ 10 ਸਾਲ ਤੱਕ ਰਹੇ ਡਾਕਟਰ ਮਨਮੋਹਨ ਸਿੰਘ, ਉਦੋਂ ਉਹਨਾਂ ਜ਼ੁਬਾਨ ਕਿਉਂ ਨਹੀਂ ਖੋਲ੍ਹੀ? ਉਦੋਂ ਕਿਉਂ ਨਹੀਂ ਦੱਸਿਆ ਕਿ ਆਖਿਰ 1984 ਵਿੱਚ ਕੀ ਵਾਪਰਿਆ ਸੀ ਤੇ ਕਿਸ ਨੇ ਫੌਜਾਂ ਨਹੀਂ ਭੇਜੀਆਂ? ਦਿੱਲੀ ਦੇ ਵਿੱਚ ਜੇ ਚਾਹੁੰਦੇ ਤਾਂ ਕਤਲੇਆਮ ਰੁਕ ਸਕਦਾ ਸੀ। ਹੁਣ ਇੰਨੇ ਵਰੇ ਬੀਤਣ ਤੋਂ ਬਾਅਦ ਅਜਿਹੇ ਬਿਆਨ ਦੇ ਕੇ ਉਹ ਕੀ ਸਾਬਿਤ ਕਰਨਾ ਚਾਹੁੰਦੇ ਨੇ?
ਤੇ ਫਿਰ ਜੇਕਰ ਵਿਰੋਧੀ ਧਿਰਾਂ ਇਹ ਕਹਿ ਰਹੀਆਂ ਨੇ ਕਿ ਡਾਕਟਰ ਮਨਮੋਹਨ ਸਿੰਘ ਸਿਰਫ ਤੇ ਸਿਰਫ ਗਾਂਧੀ ਪਰਿਵਾਰ ਨੂੰ ਬਚਾਉਣਾ ਚਾਹੁੰਦੇ ਨੇ, ਉਹਨਾਂ ਦੀਆਂ ਕੀਤਿਆਂ ਤੇ ਪੋਚੇ ਫੇਰਨਾ ਚਾਹੁੰਦੇ ਨੇ, ਤਾਂ ਇਹ ਚੀਜ਼ ਸਾਰੀ ਦੁਨੀਆ ਜਾਣਦੀ ਹੈ, ਸਿੱਖ ਸੰਗਤ ਜਾਣਦੀ ਹੈ ਕਿ ਦੁਨੀਆ ਚਾਹੇ ਇੱਧਰ ਤੋਂ ਉੱਧਰ ਹੋ ਜਾਵੇ, ਪਰ 1984 ਦੇ ਕਾਂਗਰਸ ਵੱਲੋਂ ਦਿੱਤੇ ਗਏ ਜ਼ਖਮ ਸਿੱਖ ਕੌਮ ਕਤਈ ਨਹੀਂ ਭੁੱਲ ਸਕਦੀ, ਤੇ ਉਹਨਾਂ ਮੁਲਜ਼ਮਾਂ ਨੂੰ ਵੀ ਸਜ਼ਾਵਾਂ ਕੌਮ ਜ਼ਰੂਰ ਕਰਵਾ ਕੇ ਰਹੇਗੀ ਜੋ ਇਸ ਦੇ ਜ਼ਿੰਮੇਵਾਰ ਨੇ। ਤੁਸੀਂ ਸਭ ਇਸ ਮਸਲੇ 'ਤੇ ਕੀ ਸੋਚਦੇ, ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਗੁਰਬਾਣੀ ਅਖੰਡਬਾਣੀ ਵਾਸਤੇ ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ। ਪਹਿਲੀ ਤੇ ਮੈਂ ਜੋ ਸਰਦਾਰ ਮਨਮੋਹਨ ਸਿੰਘ ਇੱਕ ਭੱਦਰ ਪੁਰਸ਼ ਨੇ, ਜੋ ਇੱਕ ਜਘਨਿਆ ਅਪਰਾਧ ਹੋਇਆ ਔਰ ਜਿਹਦੇ 'ਚ ਕਾਂਗਰਸੀ ਨੇਤਾ ਇਨਵੋਲਵ ਸੀਗੇ, 1984 ਦੇ ਸਿੱਖ ਦੰਗੇ ਜਿਨ੍ਹਾਂ 'ਚ ਕਿ ਨਿਰਦੋਸ਼ ਸਿੱਖਾਂ ਦੇ ਗਲਿਆਂ 'ਚ ਟਾਇਰ ਪਾ ਕੇ ਜਲਾਇਆ ਗਿਆ, ਹੱਤਿਆਵਾਂ ਕੀਤੀਆਂ ਗਈਆਂ, ਪਲਾਇਨ ਹੋਇਆ ਸਿੱਖ ਪਰਿਵਾਰਾਂ ਦਾ, ਹਜ਼ਾਰੋਂ ਸਿੱਖ ਜਿਹੜੇ ਸੀਗੇ ਉਹ ਮਾਰੇ ਗਏ, ਬਰਬਰਤਾ ਪੂਰਨ ਹੱਤਿਆਕਾਂਡ ਹੋਇਆ। ਸੋ ਮੈਂ ਮੋਦੀ ਜੀ ਨੂੰ ਵਧਾਈ ਦਿਆਂਗਾ ਕਿ ਕਾਂਗਰਸ ਨੇ ਤਾਂ ਜਾਂਚ ਠੰਡੇ ਬਸਤੇ 'ਚ ਪਾ ਦਿੱਤੀ ਸੀ, ਜਾਂਚ ਬੰਦ ਕਰ ਦਿੱਤੀ ਸੀ, ਮੋਦੀ ਜੀ ਨੇ SIT ਬਣਾ ਕੇ ਉਹ ਜਾਂਚ ਸ਼ੁਰੂ ਕਰਵਾਈ ਔਰ ਉਸ ਤੋਂ ਬਾਅਦ ਅਪਰਾਧੀਆਂ ਨੂੰ ਦੰਡ ਮਿਲਿਆ, ਜਿਹਦੇ 'ਚ ਕਾਂਗਰਸੀ ਨੇਤਾ ਨੇ ਸੱਜਣ ਕੁਮਾਰ ਅਤੇ ਹੋਰ ਜਿਹੜੇ ਕਿ ਸਲਾਖਾਂ ਦੇ ਪਿੱਛੇ ਚਲੇ ਗਏ ਨੇ, ਔਰ ਮੋਦੀ ਜੀ ਨੇ ਕਿਹਾ ਕਿ ਉਹ ਇੱਕ ਵੀ ਅਪਰਾਧੀ ਨੂੰ ਬਖਸ਼ਣਗੇ ਨਹੀਂ, ਜਿਹੜਾ ਵੀ ਉਹ ਹੱਤਿਆਕਾਂਡ ਦੇ 'ਚ ਇਨਵੋਲਵ ਹੈ ਉਹਨੂੰ ਸਜ਼ਾ ਮਿਲੇਗੀ। ਔਰ ਸਰਦਾਰ ਮਨਮੋਹਨ ਸਿੰਘ ਜੀ ਅੱਜ ਰਾਜੀਵ ਗਾਂਧੀ ਜੀ ਤੋਂ ਅਟੈਂਸ਼ਨ ਡਾਈਵਰਟ ਕਰਨ ਲਈ ਨਰਸਿਮਹਾ ਰਾਓ ਜੀ ਦਾ ਇੰਨੇ ਸਾਲਾਂ ਬਾਅਦ ਇੱਕ ਨਵਾਂ ਤੱਥ ਕੱਢਦਾ ਹੈ। ਮੈਂ ਸਰਦਾਰ ਮਨਮੋਹਨ ਸਿੰਘ ਜੀ ਨੂੰ ਪੁੱਛਣਾ ਚਾਹਾਂਗਾ ਕਿ ਰਾਜੀਵ ਗਾਂਧੀ ਜੀ ਦੀ ਇੱਕੋ ਹੀ ਸਟੇਟਮੈਂਟ ਕਾਫੀ ਹੈ